अमृतसर ग्वाल मंडी समाज सेवी कमल कुमार के दफ्तर विच साबी राम कड़िया ते छोटे लाल चेयरमैन पंजाब वल्लों कमल कुमार का जन्मदिन केक कटवा के मनाया गया। उत्थे पत्रकारां नाल गलबात करदे होए उन्होंने कहा कि अज कमल कुमार के जन्मदिन उत्ते उन्हां नूं मुबारकबाद दित्ती है। तो उन्होंने कहा कि कमल कुमार जो कि एक समाज सेवक हैं जो आए दिन गरीब जरूरतमंद लोगों को घर का राशन गरीब परिवारों की कुड़ियों के विआह या होर भी किसी तरह की लोड़ पर उन्होंने खड़े होंगे। आज के दिन कमल कुमार ने नट पीर दरगाह से मत्था टेकिया आशीर्वाद लिता। नाल ही कमल कुमार ने कहा कि नट पीर दरगाह के आशीर्वाद नाल अगे तो भी जरूरतमंद लोगों की सेवा करता रहांगा। अज सारे दोस्तों अते भरावां ने मिलके कमल कुमार दे जन्मदिन उत्ते उन्हां दी लंबी उम्र अते होर भी तरक्की वास्ते रब कोलों मनोकामना कीती तां जो इह अगे तों वी कमल कुमार गरीब लोकां दी सेवा करदे रहन। अमृतसर तों सुखदेव मोनू दी खास रिपोर्ट। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਾਹਿਬ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੇਰਾ ਵੱਡਾ ਵੀਰ ਕਮਲ ਭਾਈ ਦਾ ਬਰਥਡੇ ਆ। ਅੱਜ ਸਾਰੇ ਵੀਰ ਭਰਾ ਅਸੀਂ ਉਹਨਾਂ ਦੇ ਬਰਥਡੇ ਆਫਿਸ ਦੇ ਵਿੱਚ ਬਰਥਡੇ ਮਨਾਉਣ ਪਹੁੰਚੇ ਅਤੇ ਪਹਿਲੀ ਗੱਲ ਤਾਂ ਵੀਰ ਨੂੰ ਮੈਂ ਬਹੁਤ ਹੀ ਸਤਿਕਾਰ ਨਾਲ ਆਪਣਾ ਬਰਥਡੇ ਦੀ ਵਧਾਈ ਦਿੰਦਾ। ਪਰਮਾਤਮਾ ਨੇ ਲੰਬੀ ਉਮਰ ਕਰੇ, ਮਹਾਰਾਜ ਇੱਦਾਂ ਹੀ ਕਾਰੋਬਾਰ 'ਚ ਤੰਦਰੁਸਤ ਤਰੱਕੀ ਬਖਸ਼ੇ ਅਤੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ। ਅਤੇ ਜਿੰਨੇ ਵੀ ਤੁਸੀਂ ਵੀਰ ਇੱਥੇ ਇਕੱਠੇ ਹੋਏ ਜੇ ਭਾਈ ਦੇ ਬਿਆਸ ਵੱਲੋਂ ਭਾਈ ਵੱਲੋਂ ਸਾਰੇ ਵੀਰਾਂ ਦਾ ਇੱਥੇ ਆਏ ਅਤੇ ਧੰਨਵਾਦ ਅਤੇ ਭਾਈ ਜੀ ਭਾਈ ਨੂੰ ਜਨਮਦਿਨ ਦੀ ਵਧਾਈ। ਜਿਸ ਤਰ੍ਹਾਂ ਜਿਹੜੇ ਆ ਆਪਣੇ ਇੱਥੇ ਭਾਈ ਨੂੰ ਆਪਣੀ ਹੋਸ਼ ਦੇ ਵਿੱਚ ਮੈਨੂੰ 10 ਸਾਲ ਤੋਂ ਜ਼ਿਆਦਾ ਭਾਈ ਨਾਲ ਵਿਚਰਦੇ ਹੋ ਗਿਆ। ਆਪਣੀ ਲਾਈਫ ਦੇ ਵਿੱਚ ਮੈਂ ਇਹਦੇ ਵਰਗਾ ਬੰਦਾ ਨਹੀਂ ਦੇਖਿਆ ਕਿ ਜੋ ਜਿੱਦਾਂ ਵੀ ਆਪਣੇ ਵੱਲੋਂ ਹੋ ਸਕੇ ਅਤੇ ਹਰ ਇੱਕ ਮਾੜੇ ਤੋਂ ਮਾੜੇ ਬੰਦੇ ਨਾਲ ਵੀ, ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਹੈ, ਇਹੋ ਜਿਹੇ ਬੰਦੇ ਦੀ ਕਿਰਪਾ ਬਣੀ ਰਹੇ ਜਿੰਨੀ ਇਹ ਸਮਾਜ ਸੇਵਾ। ਅਸੀਂ ਦੇਖ ਸਕਦੇ ਹਾਂ ਕਿ ਸਰਦੀਆਂ ਦੇ ਵਿੱਚ ਵੀਰ ਜੀ ਉਹਨਾਂ ਨੇ ਕੰਬਲਾਂ ਦੀ ਸੇਵਾ ਕਰਨੀ, ਕਿਸੇ ਵੀਰ ਦਾ ਕਿਸੇ ਭੈਣ ਦਾ ਵਿਆਹ ਦੇ ਵਿੱਚ ਜੋ ਵੀ ਤਿਲ ਫੁੱਲ ਬਣਦਾ ਹੈ ਅਤੇ ਬਿਨਾਂ ਕਿਸੇ ਸ਼ੋਅ ਆਫ ਤੋਂ ਲੋਕ ਵਿਖਾਵੇ ਤੋਂ ਉਹ ਨਾ ਕਰਦਿਆਂ ਹੋਇਆ ਭਾਜੀ ਜਿੱਦਾਂ ਵੀ ਮਦਦ ਹੋ ਸਕੇ ਵੀਰ ਦੀ, ਵੀਰ ਨੂੰ ਇਸ ਚੀਜ਼ ਦੀ ਮੁਬਾਰਕ ਹੈ। ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਜੋ ਆ ਕਾਰੋਬਾਰ ਕਰ ਰਹੇ ਆ ਜਿੱਦਾਂ ਦਾ ਵੀ ਕੰਮ ਕਰ ਰਹੇ ਆ ਤਰੱਕੀ ਬਖਸ਼। ਮੈਂ ਚੇਅਰਮੈਨ ਭਰਦੇ ਵਾਲੂ ਵੀਸਾਂ ਤੋਂ ਛੋਟੇ ਲਾਲ ਜੀ, ਅੱਜ ਸਾਡੇ ਵੱਡੇ ਭਾਈ ਦਾ ਹੈਪੀ ਬਰਥਡੇ ਆ। ਸਹੀ, ਅਸੀਂ ਰੱਬ ਤੋਂ ਇਹੀ ਚਾਹੁੰਦੇ ਹਾਂ ਅਤੇ ਇਹਨਾਂ ਦੀ ਉਮਰ ਬੜੀ ਬੜੀ ਹੋਵੇ। ਪਰਮਾਤਮਾ ਧੀਆਂ ਭੈਣਾਂ ਦੇ ਵਿਆਹ 'ਤੇ ਬਹੁਤ ਹੀ ਮਦਦ ਦਿੰਦੇ ਆ। ਅਸੀਂ ਇਹਨਾਂ ਜਨਮ 'ਤੇ ਇਹੀ ਵਧਾਈਆਂ ਦਿੰਦੇ ਹਾਂ ਵੀ ਪਰਮਾਤਮਾ ਇਹਨਾਂ ਦੀ 100 ਸਾਲ ਉਮਰ ਮਦਦ ਕੀਤੀ ਬਹੁਤ ਹੀ ਜ਼ਿਆਦਾ। ਜਿੰਨਾ ਜਦੋਂ ਬਿਮਾਰੀ ਦੇ ਹਾਲਾਤ ਚੱਲੇ ਸੀ ਕਰੋਨਾ ਦੇ, ਉਸ ਵੇਲੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਾਰੇ ਪੰਜਾਬ 'ਚ ਮਦਦ ਭੇਜੀ ਇਹਨਾਂ ਨੇ। ਅਸੀਂ ਬਹੁਤ ਹੀ ਧੰਨਵਾਦ ਹੈ ਭਾਈ ਦੇ। ਅੱਜ ਦੇ ਦਿਨ ਕੀ ਕਹਿਣਾ ਚਾਹੁੰਦੇ ਜੀ ਕਮਲ ਭਾਈ? ਅਸੀਂ ਤੇ ਪਰਮਾਤਮਾ ਅੱਗੇ ਇਹੀ ਚਾਹੁੰਦੇ ਹਾਂ ਵੀ ਇਹਨਾਂ ਦੀ ਰੱਬ ਬੜੀ ਉਮਰ ਬਖਸ਼ੇ।